ਸਾਰਿਆਂ ਨੂੰ ਸਤ ਸ੍ਰੀ ਅਕਾਲ ਮੈਂ ਪਰਮ ਜੋਤ ਸਿੰਘ ਇੱਕ ਵਾਰ ਫਿਰ ਹਾਜ਼ਰ ਪਾਠ 6 ਵਾਲਾ ਕੇ ਤੇ ਜਮਾਤ ਵੀ 6ਵੀਂ ਵਾਸਤੇ ਓਕੇ ਸੋ ਅੱਜ ਜੋ ਲੈਸਨ ਕਰਨ ਜਾ ਰਹੇ ਹਾਂ ਬਹੁਤ ਹੀ ਵਧੀਆ ਲੈਸਨ ਜਿਸ ਦਾ ਨਾਮ ਹੈ ਬਾਬਾ ਬੁੱਢਾ ਜੀ ਸੋ ਇਹ ਕੁਝ ਉਹ ਜੇ ਪਾਤਰ ਹਨ ਜਿਨ੍ਹਾਂ ਦਾ ਜ਼ਿਕਰ ਤੁਸੀਂ ساری ਉਮਰ ਸੁਣਦੇ ਰਹੋਗੇ ਸੋ ਬਹੁਤ अच्छी ਗੱਲ ਹੈ ਇਹਨਾਂ ਬਾਰੇ ਤੁਹਾਨੂੰ 6ਵੀਂ ਜਮਾਤ ਵਿੱਚ ਹੀ ਜੇ ਪਤਾ ਚੱਲ ਜਾਵੇ ਤਾਂ ਕਿ ਤੁਸੀਂ ਜਦੋਂ ਇਹਨਾਂ ਦਾ ਨਾਮ ਸੁਣੋ ਤੁਹਾਨੂੰ ਪਤਾ ਹੋਵੇ ਕਿ ਬਾਬਾ ਬੁੱਢਾ ਜੀ ਕੌਣ ਸਨ ਓਕੇ ਚਲੋ ਜੀ ਆਪਾਂ ਲੈਸਨ ਸ਼ੁਰੂ ਕਰਦੇ ਹਾਂ ਕਿਉਂਕਿ ਲੈਸਨ ਦੇ ਵਿੱਚ ਇੰਨੇ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੁੰਦਾ ਕਈ ਵਾਰ ਅਸੀਂ ਉਹਨੇ ਵਧੀਆ ਤਰੀਕੇ ਨਾਲ ਦੱਸ ਨਹੀਂ ਪਾਉਂਦੇ ਸੋ ਆਓ ਆਪਾਂ ਲੈਸਨ ਦਾ ਸਹਾਰਾ ਲੈਂਦੇ ਹਾਂ ਪਾਠ ਦਾ ਸਹਾਰਾ ਲੈਂਦੇ ਹਾਂ ਬਾਬਾ ਬੁੱਢਾ ਜੀ ਬਾਰੇ ਜਾਣਕਾਰੀ ਲੈਣ ਲਈ ਚਲੋ ਸ਼ੁਰੂ ਕਰੀਏ ਓਕੇ ਬੂੜੇ ਨਾਂ ਦਾ ਇੱਕ ਬਾਲਕ ਗਊਆਂ ਚਰਾਉਂਦਾ ਫਿਰਦਾ ਸੀ ਬਣਾ ਵਿੱਚ ਸਾਰਾ ਦਿਨ ਵਾਗੀਆਂ ਵਾਂਗ ਫਿਰਦਾ ਰਹਿੰਦਾ ਠੀਕ ਹੈ ਬਣਾ ਯਾਨੀ ਜੰਗਲ ਵਾਗੀਆਂ ਯਾਨੀ ਮੱਝਾਂ ਚਰਾਉਣ ਵਾਲੇ ਗਾਇਆਂ ਮੱਝਾਂ ਚਰਾਉਣ ਵਾਲਿਆਂ ਨੂੰ ਵਾਗੀ ਕਹਿੰਦੇ ਆ ਠੀਕ ਹੈ ਸੋ ਵਾਗੀਆਂ ਵਾਂਗ ਫਿਰਦਾ ਰਹਿੰਦਾ ਨਾਮ ਕੀ ਸੀ ਬੂੜਾ ਠੀਕ ਹੈ ਤਰਕਾਲਾਂ ਪੈਂਦੀਆਂ ਤਾਂ ਵਗ ਨੂੰ ਹਿੱਕ ਕੇ ਘਰ ਵੱਲ ਲੈ ਜਾਂਦਾ ਹੈ ਤਰਕਾਲਾਂ ਯਾਨੀ ਸ਼ਾਮ ਠੀਕ ਹੈ ਜਦੋਂ ਸ਼ਾਮ ਪੈਂਦੀ ਵਗ ਯਾਨੀ ਜਿਹੜਾ ਪਸ਼ੂਆਂ ਦਾ ਵਗ ਪਸ਼ੂਆਂ ਦਾ ਜਿਹੜਾ ਝੁੰਡ ਗਰੁੱਪ ਹਨਾ ਸੋ ਉਹਨੂੰ ਵਗ ਨੂੰ ਹਿੱਕ ਕੇ ਯਾਨੀ ਉਹਨਾਂ ਨੂੰ ਚਾਰਦੇ ਹੋਏ ਉਹ ਘਰ ਵੱਲ ਲੈ ਜਾਂਦੇ ਬੂੜਾ ਬੜਾ ਸੁਲਜਿਆ ਹੋਇਆ ਬਾਲਕ ਸੀ ਸੁਲਜਿਆ ਹੋਇਆ ਮਤਲਬ ਸਿਆਣਾ ਸ਼ੁਰੂ ਤੋਂ ਹੀ ਡੂੰਗੀਆਂ ਸੋਚਾਂ ਸੋਚਦਾ ਸੀ ਪਾਵ ਉਹੋ ਜਿਹੀਆਂ ਗੱਲਾਂ ਸੋਚਦੇ ਸਨ ਜੋ ਆਮ ਆਦਮੀ ਨਹੀਂ ਸੋਚਦਾ ਸੀ ਇੱਕ ਦਿਨ ਗਊਆਂ ਚਰਾਉਂਦੇ ਚਰਾਉਂਦੇ ਨੇ ਰਾਵੀ ਦੇ ਕਿਨਾਰੇ ਗੁਰੂ ਨਾਨਕ ਦੇਵ ਜੀ ਨੂੰ ਅੰਤਰ ਧਿਆਨ ਬੈਠਿਆਂ ਵੇਖਿਆ ਗਊਆਂ ਚਰਾਉਂਦਾ ਘੜੀ ਮੁੜੀ ਉਧਰ ਫੇਰਾ ਮਾਰਦਾ ਤੇ ਵੇਖਦਾ ਕਿ ਇੱਕ ਮਹਾਤਮਾ ਉਸੇ ਤਰ੍ਹਾਂ ਅਡੋਲ ਸਮਾਦੀ ਲਾਈ ਬੈਠੇ ਹਨ ਚਿਹਰੇ ਉੱਤੇ ਅਨੋਖਾ ਨੂਰ ਹੈ ਬੂਰੇ ਦੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਆਇਆ ਉਹ ਨੇੜੇ ਹੀ ਖੂਹ ਵਿੱਚ ਉਤਰ ਕੇ ਪਾਣੀ ਦੀ ਇੱਕ ਟਿੰਡ ਖੋਲ ਕੇ ਲਿਆਇਆ ਠੀਕ ਹੈ ਪਾਣੀ ਦੀ ਟਿੰਡ ਜਾਨੀ ਉਹ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਟਿੰડા ਲੱਗੇ ਹੁੰਦੀਆਂ ਸਿੱਕ ਤਰ੍ਹਾਂ ਦੀਆਂ ਬਾਲਟੀਆ ਸੋ ਇੱਕ ਬਾਲਟੀ ਉਹਦੇ ਚੋਂ ਖੋਲ ਕੇ ਲੈ ਕੇ ਆ ਗਿਆ ਇੱਕ ਹੋਰ ਸਾਫ਼ ਟਿੰਡ ਵਿੱਚ ਗਾਂ ਦਾ ਦੁੱਧ ਚੋਂ ਲਿਆਇਆ ਤੇ ਦੋਹਾਂ ਟਿੰਡਾਂ ਨੂੰ ਗੁਰੂ ਜੀ ਅੱਗੇ ਰੱਖ ਕੇ ਚਰਨੀ ਟੈਪਿਆ ਗੁਰੂ ਜੀ ਮੁਸਕਰਾ ਕੇ ਪੁੱਛਣ ਲੱਗੇ ਹੈ ਬਾਲਕ ਤੈਨੂੰ ਕੀ ਚਾਹੀਦਾ ਹੈ ਬੜਾ ਉਦਾਸ ਦਿਖ ਰਿਹਾ ਹੈ ਬੂੜਾ ਕਹਿਣ ਲੱਗਾ ਗੁਰੂ ਜੀ ਮੈਨੂੰ ਸਾਰਾ ਵਕਤ ਮੌਤ ਦਾ ਡਰ ਰਹਿੰਦਾ ਹੈ ਮੈਨੂੰ ਰਾਤ ਨੂੰ ਵੀ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਗੁਰੂ ਜੀ ਕਹਿਣ ਲੱਗੇ ਤੂੰ ਤੇ ਅਜੇ ਛੋਟਾ ਜਿਹਾ ਬਾਲਕ ਹੈ ਤੂੰ ਇੰਨੀਆਂ ਵੱਡੀਆਂ ਵਾਲੀਆਂ ਗੱਲਾਂ ਕਰ ਰਿਹਾ ਤੈਨੂੰ ਕਿਸ ਨੇ ਇਹੋ ਜਿਹਾ ਡਰ ਪਾਇਆ ਹੈ ਇਹ ਸੁਣ ਕੇ ਬੂੜੇ ਨੇ ਸਾਰੀ ਗੱਲ ਸੁਣਾਈ ਤੇ ਕਹਿਣ ਲੱਗਾ ਗੁਰੂ ਜੀ ਇੱਕ ਦਿਨ ਮੇਰੀ ਮਾਂ ਅੱਗ ਬਾਲ ਰਹੀ ਸੀ ਪਹਿਲਾਂ ਉਸਨੇ ਛੋਟੀਆਂ ਲੱਕੜੀਆਂ ਲਾਈਆਂ ਤੇ ਫਿਰ ਵੱਡੀਆਂ ਮੈਂ ਧਿਆਨ ਨਾਲ ਵੇਖਦਾ ਰਿਹਾ ਪਹਿਲਾਂ ਛੋਟੀਆਂ ਛੋਟੀਆਂ ਲੱਕੜਾਂ ਬਲੀਆਂ ਤੇ ਫਿਰ ਪਿੱਛੋਂ ਵੱਡੀਆਂ ਨੂੰ ਅੱਗ ਲੱਗੇ ਮੇਰੇ ਮਨ ਵਿੱਚ ਡਰ ਹੈ ਕਿ ਜਿਵੇਂ ਪਹਿਲਾਂ ਛੋਟੀ ਲੱਕੜ ਨੂੰ ਅੱਗ ਲੱਗ ਗਈ ਹੈ ਇਸੇ ਤਰ੍ਹਾਂ ਮੈਂ ਵੀ ਛੋਟੇ ਉਮਰੇ ਹੀ ਨਾ ਮਰ ਜਾਵਾਂ ਇੱਕ ਹੋਰ ਘਟਨਾ ਨੇ ਵੀ ਮੇਰੇ ਮਨ ਤੇ ਡੂੰਗਾ ਘਾ ਕੀਤਾ ਹੈ ਕਾ ਯਾਨੀ ਜ਼ਖਮ ਕਰਨਾ ਕੁਝ ਚੇਰ ਹੋਇਆ ਕਿ ਇੱਕ ਦੁਸ਼ਮਣ ਦਾ ਦਲ ਆਇਆ ਦਲ ਮੀਨਸ ਗਰੁੱਪ ਉਹਨਾਂ ਨੇ ਆਪਣੀਆਂ ਘੋੜੀਆਂ ਦੇ ਖਾਣ ਲਈ ਖੇਤ ਵਿੱਚੋਂ ਕੱਚੀ ਪੱਕੀ ਸਾਰੀ ਫਸਲ ਵੱਢ ਲਈ ਸਾਰੇ ਵੇਖਦੇ ਹੀ ਰਹਿ ਗਏ ਡਾਡਿਆਂ ਆ ਕੇ ਕਿਸੇ ਦੀ ਪੇਸ਼ ਨਹੀਂ ਗਈ ਡਾਡੇ ਯਾਨੀ ਜਿਹੜੇ ਜਰਵਾਣੇ ਹੁੰਦੇ ਨੇ ਜ਼ੁਲਮ ਕਰਨ ਵਾਲੇ ਓਕੇ ਜਿੰਨਾ ਚ ਜ਼ੋਰ ਹੁੰਦਾ ਹੈ ਕਿਸੇ ਦੀ ਪੇਸ਼ ਨਹੀਂ ਗਈ ਮਤਲਬ ਕਿਸੇ ਦਾ ਜ਼ੋਰ ਨਹੀਂ ਚੱਲਿਆ ਜੇ ਜਮ ਜਮ ਹੁੰਦਾ ਜਮ ਦੂਤ ਜੇ ਜਮ ਮੈਨੂੰ ਹੁਣੇ ਲੈਣ ਆ ਜਾਣ ਤਾਂ ਮੈਂ ਕੀ ਕਰ ਸਕਦਾ ਹਾਂ ਸੋ ਇਹ ਹੀ ਸੋਚਦਾ ਹਾਂ ਕਿ ਕੋਈ ਐਸਾ ਕੰਮ ਕਰਾਂ ਜਿਸ ਨਾਲ ਮਨ ਸ਼ਾਂਤ ਰਹੇ ਮੈਨੂੰ ਤੁਸੀਂ ਉੱਚੇ ਦਿੱਸੇ ਹੋ ਮੈਨੂੰ ਵੀ ਆਪਣੀ ਸ਼ਰਨ ਵਿੱਚ ਲੈ ਲਵੋ ਗੁਰੂ ਸਾਹਿਬ ਨੇ ਕਿਹਾ ਹੈ ਬਾਲਕ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ ਹੈ ਤੂੰ ਤਾਂ ਅਜੇ ਬਾਲ ਹੈ ਤੇਰਾ ਨਾਂ ਕੀ ਹੈ ਜੀ ਮੈਨੂੰ ਬੂੜਾ ਕਹਿੰਦੇ ਹਨ ਬਾਲਕ ਨੇ ਉੱਤਰ ਦਿੱਤਾ ਗੁਰੂ ਜੀ ਕਹਿਣ ਲੱਗੇ ਤੂੰ ਬੂੜਾ ਨਹੀਂ ਬੁੱਢਾ ਹੈ हे ਬੁੱਢੇ ਬਾਲਕ ਤੈਨੂੰ ਰੱਬ ਨੇ ਉੱਚੇ ਕੰਮ ਸੌਂਪੇ ਨੇ ਤੂੰ ਆਪਣਾ ਧਿਆਨ ਪਰਮੇਸ਼ਰ ਨਾਲ ਜੋੜੀ ਰੱਖੀ ਇਸ ਤਰ੍ਹਾਂ ਮਨ ਦੇ ਸਾਰੇ ਡਰ ਦੂਰ ਹੋ ਜਾਂਦੇ ਹਨ ਗੁਰੂ ਜੀ ਨੇ ਉਸ ਨੂੰ ਗੁਰਸਿੱਖੀ ਦੀ ਦਾਤ ਬਖਸ਼ੀ ਤੇ ਉਸ ਦਾ ਨਾਮ ਬਾਬਾ ਬੁੱਢਾ ਰੱਖ ਦਿੱਤਾ ਬਾਬਾ ਬੁੱਢਾ ਜੀ ਪੂਰਨ ਗੁਰਸਿੱਖ ਹੋਏ 6ਵੇਂ ਗੁਰੂ ਹਰਗੋਬਿੰਦ ਜੀ ਤੱਕ ਮਨੁੱਖੀ ਜਾਮੇ ਵਿੱਚ ਰਹੇ ਗੁਰੂ ਘਰ ਦੀ ਬੜੀ ਸੇਵਾ ਕੀਤੀ ਜਦੋਂ ਅੰਮ੍ਰਿਤਸਰ ਵਿਖੇ ਹਰਮੰਦਰ ਸਾਹਿਬ ਬਣਿਆ ਤਾਂ ਉਸ ਦੀ ਉਸਾਰੀ ਵਿੱਚ ਬਾਬਾ ਬੁੱਢਾ ਜੀ ਨੇ ਬਹੁਤ ਸੇਵਾ ਕੀਤੀ ਦਰਬਾਰ ਸਾਹਿਬ ਦੀ ਡਿਓੜੀ ਤੋਂ ਅੰਦਰ ਪ੍ਰਕਰਮਾ ਵਿੱਚ ਵੜਦਿਆਂ ਹੀ ਸਾਹਮਣੇ ਬਾਬਾ ਬੁੱਢਾ ਜੀ ਦੀ 베ਰੀ ਹੈ ਡਿਉੜੀ ਹੁੰਦਾ ਘਰ ਦੇ ਅੰਦਰ ਵੜਨ ਦਾ ਰਸਤਾ ਦੂਜੀ ਪਾਤਸ਼ਾਹੀ ਤੋਂ ਲੈ ਕੇ 6ਵੀਂ ਤੱਕ ਗੁਰਿਆਈ ਦਾ ਤਿਲਕ ਲਾਉਣ ਦਾ ਕੰਮ ਬਾਬਾ ਬੁੱਢਾ ਜੀ ਨੇ ਹੀ ਕੀਤਾ 6ਵੇਂ ਗੁਰੂ ਜੀ ਨੂੰ ਪੜ੍ਹਾਈ ਲਿਖਾਈ ਤੇ ਸ਼ਸਤਰ ਵਿਦਿਆ ਇਹਨਾਂ ਨੇ ਹੀ ਸਿਖਾਈ ਤੇ ਅੱਗੋਂ ਗੁਰੂ ਹਰਗੋਬਿੰਦ ਜੀ ਦੇ ਬੱਚਿਆਂ ਨੂੰ ਵੀ ਸਿੱਖਿਆ ਦਿੰਦੇ ਰਹੇ ਆਪ ਬੜੀ ਨਿਰਮਾਣਤਾ ਤੇ ਨਿਮਰਤਾ ਦੇ ਮਾਲਕ ਸਨ ਨਿਰਮਾਨਤਾ ਹੁੰਦਾ ਆਪਣੇ ਤੇ ਮਾਣ ਨਾ ਕਰਨਾ ਨਿਮਰਤਾ ਹੁੰਦਾ ਕਿ ਹਰ ਕੰਮ ਨੀਵੇਂ ਹੋ ਕੇ ਕਰਨਾ ਬਿਨਾਂ ਹੰਕਾਰ ਦੇ ਕਰਨਾ ਇੱਕ ਵਾਰੀ ਦੀ ਘਟਨਾ ਹੈ ਕਿ ਗੁਰੂ ਅਰਜਨ ਦੇਵ ਜੀ ਦੀ ਸੁਪਤਨੀ ਮਾਤਾ ਗੰਗਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਪੁੱਤਰ ਦੀ ਦਾਤ ਬਖਸ਼ਣ ਉਹਨਾਂ ਨੇ ਕਿਹਾ ਬਾਬਾ ਬੁੱਢਾ ਜੀ ਕੋਲ ਜਾ ਕੇ ਅਸੀਸ ਲਵੋ ਮਾਤਾ ਗੰਗਾ ਜੀ ਸਵੇਰੇ ਉੱਠ ਕੇ ਤਿਆਰ ਹੋਏ ਉਹਨਾਂ ਦੁੱਧ ਮੱਖਣ ਤੇ ਹੋਰ ਕਈ ਚੀਜ਼ਾਂ ਨਾਲ ਲਈਆਂ ਉਹ ਆਪਣੇ ਨਾਲ ਕੁਝ ਹੋਰਾਂ ਨੂੰ ਲੈ ਕੇ ਰੱਥ ਵਿੱਚ ਸ਼ਾਨ ਸ਼ੌਕਤ ਨਾਲ ਸਵਾਰ ਹੋ ਕੇ ਚੱਲ ਪਏ। ਬਾਬਾ ਬੁੱਢਾ ਜੀ ਦੀ ਕੁਟਿਆ ਦੇ ਕੋਲ ਪਹੁੰਚੇ ਤਾਂ ਦੂਰੋਂ ਹੀ ਧੂੜ ਉੱਡਦੀ ਵੇਖ ਕੇ ਉਹ ਨੀਂਜ ਲਾ ਕੇ ਵੇਖਣ ਲੱਗੇ ਕਿ ਕੌਣ ਆ ਰਿਹਾ ਹੈ। ਨੀਂਜ ਲਾ ਕੇ ਮੀਨ ਧਿਆਨ ਨਾਲ ਦੇਖਣ ਲੱਗੇ। ਜਦੋਂ ਰੱਥ ਨੇੜੇ ਪਹੁੰਚਿਆ ਤਾਂ ਬਾਬਾ ਬੁੱਢਾ ਜੀ ਬੋਲੇ ਅੱਜ ਗੁਰੂ ਦੇ ਮਹਿਲਾਂ ਨੂੰ ਕੀ ਪਾਜੜ ਪਈ ਹੈ ਮਹਿਲ ਹੁੰਦੀ ਪਤਨੀ ਮਾਤਾ ਜੀ ਖਾਲੀ ਝੋਲੀ ਵਾਪਸ ਵਰਤ ਕੇ ਮਾਤਾ ਗੰਗਾ ਜੀ ਨੇ ਸਾਰੀ ਵਿਥਿਆ ਗੁਰੂ ਸਾਹਿਬ ਨੂੰ ਜਾ ਕੇ ਸੁਣਾਈ ਵਿਥਿਆ ਮੀਨਸ ਕਹਾਣੀ ਉਹ ਹੱਸ ਕੇ ਕਹਿਣ ਲੱਗੇ ਜੇ ਕਿਸੇ ਕੋਲ ਅਸੀਸ ਲੈਣ ਜਾਣਾ ਹੋਵੇ ਤਾਂ ਇਸ ਤਰ੍ਹਾਂ ਰਥਾਂ ਵਿੱਚ ਚੜ ਕੇ ਨਹੀਂ ਜਾਈਦਾ ਮੱਖਣ ਲੱਸੀ ਦੀ ਮਟਕੀ ਸਿਰ ਤੇ ਰੱਖ ਕੇ ਨੰਗੇ ਪੈਰੀ ਤੁਰ ਕੇ ਨਿਮਰਤਾ ਨਾਲ ਜਾ ਕੇ ਕੁਝ ਮੰਗੀਦਾ ਦੂਜੇ ਦਿਨ ਮਾਤਾ ਗੰਗਾ ਜੀ ਨੇ ਸਵੇਰੇ ਉੱਠ ਕੇ ਇਸ਼ਨਾਨ ਕੀਤਾ ਹੱਥੀਂ ਦੁੱਧ ਰੜਕ ਕੇ ਮੱਖਣ ਕੱਢਿਆ ਮਿੱਸੇ ਪ੍ਰਸ਼ਾਦੇ ਪਕਾਏ ਸਾਰਾ ਕੁਝ ਸਿਰ ਤੇ ਰੱਖ ਕੇ ਨੰਗੇ ਪੈਰੀ ਇਕੱਲੇ ਹੀ ਤੁਰ ਪਏ ਉਹ ਸਾਰਾ ਰਸਤਾ ਅਰਦਾਸਾਂ ਹੀ ਕਰਦੇ ਗਏ ਜਦੋਂ ਬਾਬਾ ਬੁੱਢਾ ਜੀ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੇ ਮਾਤਾ ਜੀ ਨੂੰ ਆਦਰ ਨਾਲ ਬਿਠਾਇਆ ਉਹਨਾਂ ਦਾ ਹੱਥੀਂ ਤਿਆਰ ਕੀਤਾ ਭੋਜਨ ਛਕਿਆ ਬਾਬਾ ਬੁੱਢਾ ਜੀ ਨੇ ਮਾਤਾ ਜੀ ਦੇ ਦਿਲ ਦੀ ਗੱਲ ਪੁੱਝ ਲਈ ਉਹ ਇੱਕ ਗੰਡਾ ਲੈ ਕੇ ਮੁੱਕੀ ਮਾਰ ਕੇ ਗੰਡਾ ਪਿਆਜ ਮੁੱਕੀ ਮਾਰ ਕੇ ਭੰਨ ਕੇ ਕਹਿਣ ਲੱਗੇ ਤੇਰੇ ਘਰ ਇਹੋ ਜਿਹਾ ਪੁੱਤਰ ਜਨਮ ਲਵੇਗਾ ਜਿਹੜਾ ਇਸੇ ਤਰ੍ਹਾਂ ਦੁਸ਼ਮਣਾਂ ਦੇ ਸਿਰ ਪੰਨੇਗਾ ਮਾਤਾ ਜੀ ਇਹ ਸੁਣ ਕੇ ਪ੍ਰਸੰਨ ਹੋ ਗਏ ਤੇ ਘਰ ਨੂੰ ਪਰਤਾਏ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਤਿਆਰ ਹੋਈ ਤਾਂ ਉਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਵਿੱਚ ਕੀਤਾ ਗਿਆ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਹੀ ਪਹਿਲਾ ਗ੍ਰੰਥੀ ਥਾਪਿਆ ਸੀ ਬਾਬਾ ਬੁੱਢਾ ਜੀ 250 ਸਾਲ ਦੀ ਉਮਰ ਭੋਗ ਕੇ 6ਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਪਿੰਡ ਰਾਮਦਾਸ ਵਿੱਚ ਚਲਾਣਾ ਕਰ ਗਏ ਗੁਰੂ ਸਾਹਿਬ ਨੇ ਆਪਣੇ ਹੱਥੀਂ ਉਹਨਾਂ ਦਾ ਸੰਸਕਾਰ ਕੀਤਾ ਸੰਸਕਾਰ ਵਾਲੀ ਜਗ੍ਹਾ ਤੇ ਇੱਕ ਸੁੰਦਰ ਤੇ ਇਤਿਹਾਸਿਕ ਗੁਰਦੁਆਰਾ ਬਣ ਗਿਆ ਹੈ ਜਿਹੜਾ ਸੱਚਖੰਡ ਦੇ ਨਾਮ ਨਾਲ ਮਸ਼ਹੂਰ ਹੈ ਸੋ ਪਿਆਰੇ ਬੱਚਿਓ ਇਹ ਸੀ ਪੰਜਾਬ ਦੇ ਇਤਿਹਾਸ ਦੀ ਇੱਕ ਸਿਰਮੌਰ ਸ਼ਖਸੀਅਤ ਜਿਨ੍ਹਾਂ ਦਾ ਇਤਿਹਾਸ ਵਿੱਚ ਬੜੇ ਸਤਿਕਾਰ ਵਜੋਂ ਨਾਮ ਲਿਆ ਜਾਂਦਾ ਹੈ ਸੋ ਆਸ ਕਰਦਾ ਹਾਂ ਤੁਹਾਨੂੰ ਇਹ ਲੈਸਨ ਬਹੁਤ ਅੱਛਾ ਲੱਗਿਆ ਹੋਵੇਗਾ ਕਾਫੀ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਤੋ ਆਓ ਆਪਾਂ ਹੁਣ ਜੋ ਜੋ ਸਿੱਖਿਆ ਪਾਠ ਅਭਿਆਸ ਦੇ ਵਿੱਚ ਉਹ ਸਾਰਾ ਕੁਝ ਲਿਖਦੇ ਹਾਂ ਆਪਣੀਆਂ ਕਾਪੀਆਂ ਦੇ ਵਿੱਚ ਸੋਨਾ-ਸੋਨਾ ਤੇ ਉੱਥੋਂ ਤਾਂ ਕਿ ਅਸੀਂ ਆਰਾਮ ਨਾਲ ਉੱਥੋਂ ਯਾਦ ਕਰ ਸਕੀਏ ਥੈਂਕ ਯੂ so much ਮਿਲਦੇ ਹਾਂ ਅਗਲੀ ਵੀਡੀਓ ਵਿੱਚ